ਸਾਸਰੀ ਗਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ 파ਰਮਜੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਕਾ ਨਿਗਾ ਸਵਾਗਤ ਅੱਜ ਕੀਆਂ ਬੜੀਆਂ ਖਬਰਾਂ ਥਾਰੇ ਬਾਸਤਾ ਲੈ ਕੇ ਪਹੁੰਚ ਲਿਆ ਵੀਰ ਔਰ ਬੜੀਆਂ ਖਬਰਾਂ ਦੇ ਉੱਪਰ ਨਿਗਾ ਮਾਰਾਂਗੇ ਪਰ ਪਹਿਲਾ ਤੁਹਾਨੂੰ ਮੈਂ ਦੱਸ ਦਿਆਂ ਭਾਈ ਪੰਜਾਬ ਕੇ ਵਿੱਚ ਮੈਂ ਜਿਹੜੀ ਝੋਨੇ ਕੀ ਚੁਕਾਈ ਤੀ ਕਹ ਹੈ 11 ਨੂੰ ਦਵੇਂਗੇ ਫੇਰ ਕਹਰੇ ਕਾ ਯੋ ਕੱਲ ਚੰਨੀ ਜਾ ਕੇ ਆਇਆ ਫਿਰ ਮੋਦੀ ਸਾਹ ਪਾ ਬਾਤ ਕਰ ਕੇ ਆਇਆ ਕੱਲ ਫਿਰ ਯੋ ਬਾਤਚੀਤ ਕਰ ਰਿਜ਼ਲਟ ਆ ਗਿਆ ਵੀਰ ਅੱਜ ਯੋ ਕਹਰੇ ਵੀ ਅੱਜ ਤੇ ਚੱਕਣੀ ਸ਼ੁਰੂ ਕਰ ਦੇਂਗੇ ਆ ਟਰੈਲੀਆਂ ਟਰੂਲੀਆਂ ਲੈ ਕੇ ਆ ਜਾਓ ਵੀਰ ਆਪਣੀਆਂ ਉੱਥਾ ਚੋਣਨੇ ਗਿਆ ਹਰ ਪ੍ਰੋਗਰਾਮ ਚੱਲਣ ਦੇ ਪਹਿਲਾਂ ਇੱਕ ਵੀਰੋ ਕੱਲ ਕਹਰੇ ਦਾ ਕਹ ਪੰਜਾਬੀ ਗਾ ਹੈ ਯੋ ਸਹੀ ਨਹੀਂ ਪਰ ਵੀਰ ਨੂੰ ਮੈਂ ਯੋ ਦੱਸਦਾ ਵੀ ਉਹ ਪੁਆਦੀ ਪਾਸ ਆ ਵੀਰ ਯੋ ਮਾਰੀ ਪੁਆਦੀ ਪਾਸ ਹੈ ਇਤਰੀ ਹੋਵਾ ਆਹ ਪੁਆਦੀ ਪਾਸਾ ਦਾ ਇਤਿਹਾਸ ਚੱਕਾ ਦੇਖੀ ਵੀਰ ਮਾਰੇ ਵਾਲੇ ਤੋਂ ਇਤਨਾ ਹੀ ਪੁੱਠਾ ਕਰ ਕਰੰਦਾ ਲਾਵਾ ਵੀਰ ਯੋ ਪੰਜਾਬੀ ਵਾਲੇ ਜਿੱਧਰੋਂ ਅੰਦਾ ਲਾਵਾ ਯੋ ਲੋਕਾਂ ਨੂੰ ਸੇਤੀ ਸਮਝ ਆ ਜਾ ਮਾਰੇ ਪਿੰਡਾਂ ਵਾਲੇ ਪਾਸਾ ਵੀਰ ਯੋ ਪੁਆਦੀ ਬੰਦਿਆਂ ਨੂੰ ਸਮਝ ਆਵਾ ਇਸੀ ਕਰਕੇ ਯੋ ਪੁਆਦੀ ਬੰਦਿਆ ਖਾਤਰੇ ਮੈਂ ਨਾ ਯੋ ਸਿੱਧਾ ਪੱਧਰਾ ਪ੍ਰੋਗਰਾਮ ਬਣਾਇਆ ਵਾ ਆਰਾ ਯੋ ਕੈਲੋ ਬੀਰ ਕੱਲ ਕਾਂਗਰਸ ਦੇ ਵਿੱਚ ਮਾਰ ਚੱਲ ਰਿਹਾ ਜਿਹੜਾ ਕਾਟੋ ਕੋਲੇ ਸੀਐਸਕੇ ਉੱਪਰ ਯੋ ਦਿੱਲੀ ਮੈਂ ਜਿਹੜਾ ਖੇਤੀ ਮੰਤਰੀ ਬਿਠਾਇਆ ਵਾ ਨਰਿੰਦਰ ਤਾਉਮਬਰਾ ਇਸ ਕਾ ਗੱਲ ਬਿਆਨ ਆਇਆ ਕਹੇ ਕਾਂਗਰਸ ਕੀ ਜਿਹੜੀ ਲੀਡਰਸ਼ਿਪ ਪਕਾ ਵੀ ਯੋ ਆ ਯੋ ਆਟੂ ਕੁ ਮੀ ਆਟੂ ਕੁ ਮੀ ਦਾ ਮਤਲਬ ਉਹ ਵਾ ਬੀਰ ਵੀ ਇਹਨਾਂ ਦਾ ਕੋਈ ਹੈ ਨਹੀਂ ਮਤਲਬ ਸਥਾਈ ਸਰਕਾਰ ਹੈ ਨਹੀਂ ਕਾबिनेट ਕਾਇੋ ਸੈਂਟਰ ਮੈਂ ਦਾ ਵਿਰੋਧੀ ਵਿਰੋਧੀ ਤੇ ਅਤੀਰ ਬਣ ਕਾ ਵਧੀਆ ਨਿਕਲੇ ਨਾਕ ਆਪਣੀ ਪਾਰਟੀ ਮੈਂ ਕਿਨਾਂ ਨੇ ਆਪਣੇ ਮਸਲੇ ਸਲਝਾਏ ਹਰ ਮਾਰੀ ਪਾਰਟੀ ਕਾ ਸਭ ਤੇ ਬਦੀਆ ਬੀਜਪੀ ਵਾਲੀ ਕਾ ਹਮਾਰੀ ਪਾਰਟੀ ਵੀ ਨੇ ਇੱਕ ਨੰਬਰ ਲਾਈਨ ਪਾ ਚੱਲ ਰਹੀ ਹਰ ਮਾਰੇ ਮਸਲੇ ਵੀ ਸਹੀ ਚੱਲ ਰਹੇ ਲਦਾਸ ਇਸਰੂਯੋ ਕੋ ਪੁੱਛੇ ਜਾਗਾ ਯਨਰ ਇੰਦਰ ਤਾ ਕੋ ਮਨੂ ਵੀ ਪਹਿਲਾ ਤਾ ਆਪਣਾ ਮੰਤਰਾਲਾ ਤੋ ਦੇਖ ਲੈ ਹੈ ਯੋ ਕਿੰਨੇ ਕਿਸਾਨ ਯੂ ਦੇਖ ਲਿਓ ਈ ਥਾਰੇ ਮੰਤਰਾਲੇ ਨੂੰ ਰੋਰੇ ਬੈਠੇ ਉਥਾ ਦਿੱਲੀ ਹੈ ਅਰtham ਨਕਲੀ ਕਿਸਾਨ ਕਹਿਣ ਲੱਗੇ ਦੇਰ ਨਹੀਂ ਲਾਂਦੇ ਥੰ ਬਾਤਾਂ ਮਾਰਾਂ ਥਾਰੇ ਦੀਓ ਕਿਸਾਨ ਤੋਂ ਲੋਟ ਨਹੀਂ ਆਏ ਇਬ ਤੱਕ ਅਗਲੇ ਨੂੰ ਸਾਲ ਹੋ ਜਾਣਾ ਇਬ ਠੰਡਾ ਵਾਂਗਾ ਇਹਦੇ ਜਦੋਂ ਪਾਲਾ ਪੈ ਰਿਆ ਤਾਂ ਕਕਰ ਸ਼ੁਰੂ ਹੋਇਆ ਜਾਦਾ ਕਕਰ ਸ਼ੁਰੂ ਹੋਣ ਤੇ ਅੱਗਾ ਫੇਰ ਕਕਰ ਦੀ ਤਿਆਰੀ ਹੋ ਗਈ ਵੀਰਾ ਬਾਤਾਂ ਮਾਰਾਂ ਜੋ ਕਰੇ ਕੰਮ ਆਰਾਮਤਰਾਲਾ ਮਾਰੀ ਪਾਰਟੀ ਬਹੁਤ ਵਧੀਆ ਚਲੋ ਘਰ ਆਰ ਉਧਰ ਵੀਰਾ ਸ਼ਰੋਮਣੀ ਅਕਾਲੀ ਦਲ ਵੀ ਸਪੋਰਟ ਸ਼ਰੋਮਣੀ ਅਕਾਲੀ ਦਲ ਕੇ ਫੇਜ ਪਾ ਕੱਲ ਮੈਂ ਇੱਕ ਫੋਟੋ ਦੇਖੀ ਆਹ ਯੋ ਫੋਟੋ ਪਾਈ ਵੀ ਨਾ ਕਾਲੀ ਦਾ ਲਾਲਿਆ ਨੇ আর ਇਸ ਦੇ ਉੱਪਰ ਲਿਖਿਆ ਵਾ ਕਾ ਦਾਲ ਮੇ ਕੁਛ ਕਾਲਾ ਹੈ ਚੰਨੀ ਦਾ ਮੁੰਡਾ ਮੀਟਿੰਗ ਮਾ ਕੀ ਕਰ ਰਿਆ আর ਫੋਟੋ ਬਾ ਲਿਖਿਆ ਵਾ ਨਿਸ਼ਾਨ ਲਾਇਆ ਵਾ আর ਕਹਰੇ ਬਿਰ ਕਹ ਦੱਸ ਕੋਈ ਸਕਦਾ ਮੁੱਖ ਮੰਤਰੀ ਚੰਨੀ ਦੀ ਕੈਬਨਟ ਕੀ ਮੀਟਿੰਗ ਮਾ ਉਸ ਕਾ ਛੋਕਰਾ ਕੀ ਕਰ ਰਿਆ ਈਸਮਾ ਇੱਕ ਤਾਂ ਸੋਤਾ ਪੁਲਸ ਵਾਲਾ ਜੋ ਬੈਠਿਆ ਇੱਕ ਹੋਰ ਬੈਠਿਆ ਜੋ ਤੋਂ ਮੈਨੂੰ ਪਛਾਣ ਮਾ ਹੈ ਨਹੀਂ ਆਰਚਨ ਨੇ ਬੈਠਿਆ ਚੰਨੀ ਗਗਲ ਵੀਰ ਪਰਗਟ ਸਿੰਘ ਬੈਠਾ ਔਰ ਪਰਗਟ ਸਿੰਘ ਕੇ ਗੱਲ ਕਿਹੜਾ ਮੰਤਰੀ ਬੈਠਾ ਜੋ ਨਹੀਂ ਪਤਾ ਕਿਉਂਕਿ ਇਹ ਫਰੂਟ ਫਰੂਟ ਚਾਟ ਵਾਲੀ ਕਾਲਜੀ ਨਹੀਂ ਉੱਦੀ ਜਿਹੜੀ ਵੀਰ ਇਸ ਨੂੰ ਮਾਸਕ ਜਾਂ ਬਣਾਗਾ ਲਾਲਾ ਮੂੰਹ ਵਾ ਮਾਸਕ ਲਈ ਫਿਰ ਰਿਹਾ ਹਰ ਬਾ ਫੋਟੋ ਦੇਖੋ ਪਹਿਲਾ ਤਾਂ ਨਿਊ ਲੱਗ ਰਿਹਾ ਵੀ ਸੈਦ ਯੋ ਕੱਲੇ ਨੋ ਕਰੋਨੇ ਦਾ ਡਰ ਬਾਕੀ ਸਾਰੇ ਬਿਨਾ ਮਾਸਕ ਦੇ ਬੈਠੇ ਪਰ ਯੋ ਕੱਲੇ ਕਰਨ ਯੋ ਲਾਗਾ ਕੋਲੀ ਜੀ ਬੈਠਿਆ ਉੱਠਾ ਅਰ ਪਿੱਛਾ ਯੋ ਜਿੱਤਰਾ ਹਾਂਸ ਰਾਇ ਹਾਂਸ ਕੇ ਬੜੇ ਬੜੇ ਬਾਲ ਹੋਏ ਕਰਤੇ ਆਸ ਕਾ ਕੀ ਕਾਦੀ ਜ਼ਿੰਦਗੀ ਗਾਣੇ ਮਾਣੀ ਦੇਖੇ ਹਾਂਸਰਾ ਜਾਂਸ ਕੇ ਬੜੇ ਬੜੇ ਬਾਲ ਇਤਰਾ ਕੇ ਬੜੇ ਬੜੇ ਬਾਲ ਵਾਲਾ ਛੋਗਰਾ ਪਿੱਛਾ ਬੈਠਿਆ ਇਸਪੰਡਰ ਲੈਂਡ ਕਰਿਆ ਵਾ ਯੋ ਕੱਲੀ ਦਾ ਲਾਣ ਫੋਟੋ ਪਾਈ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਪਾ ਹੈਂ ਯੋ ਮੰਤੋਂ ਨੂੰ ਖਾਲੀ ਜਾ ਲੈਣੇ ਕਿ ਸੋਚ ਪਾ ਕੇ ਕਦੇ ਹੱਸਾ ਵਾ ਲੈ ਦੱਸ ਵੀ ਇਹ ਕੈਬਨਟ ਕੀ ਮੀਟਿੰਗ ਹੋ ਰਹੀ 3 ਤੋਂ ਬੰਦੇ ਬੈਠੇ ਉਥਾ ਯੋ ਕੈਬਨਟ ਕੀ ਮੀਟਿੰਗ ਹੋਗੀ ਹੈ ਚਲੋ ਜੇ ਮੀਟਿੰਗ ਹੋ ਵੀ ਰਹੀ ਕੈਬਨਟ ਕੀ ਮੰਨ ਲਿਓ ਹੋ ਰਹੀ ਵੀ ਜੇ ਇਸ ਕਾ ਛੋਕਰਾ ਆ ਵੀ ਗਿਆ ਉਥਾ ਦੱਸ ਫੇਰ ਕਿਹੜਾ ਪਹਾੜ गिर ਗਿਆ ਦੱਸੋ ਹੈ ਯੋ ਕਨੇਡਾ ਦੇ ਪਾਰਲੀਮੈਂਟ ਮਾ ਨਾ ਵੀਰ ਜਿਹੜਾ ਕਨੇਡਾ ਦਾ ਪਾਰਲੀਮੈਂਟ ਇਸਕੇ ਵਿਚਵਾ ਵੀਰ ਉੱਥਾ ਬਹੁਤ ਇਤਰਾ ਕੇ ਜੋ ਜਿਹੜੇ ਮੈਂਬਰ ਪਾਰਲੀਮੈਂਟ ਯੋ ਜਨਾਨੀਆਂ ਆਪਣੇ ਨਿਆਣਾਂ ਨੂੰ ਚੁੰਗੜ ਨਿਆਣਾਂ ਨੂੰ ਗੈਰ ਲੈ ਜਾਂ ਵੀਰ ਉੱਥਾ ਬੈਠਿਆਂ ਨਾਲੇ ਨਿਆਣੇ ਖਲਾਈ ਜਾਂ ਨਾਲੇ ਉੱਥਾ ਵੀਰ ਯੋ ਪਾਰਲੀਮੈਂਟ ਮੇ ਬੈਠਿਆਂ ਗੱਲਾਂ ਸੁਣੀ ਜਾਂ ਜਿਹੜੀ ਉਸਕੇ ਪਰਮੁਧਿਆ ਬਾਤਾਂ ਹੋਮਾ ਹੈ ਅਰ ਮਾਰਾ ਪੂਰਾ ਦੇਖ ਲਿਓ ਇਹ ਛੋਕਰਾ ਪੂਰਾ ਬਹਿ ਵੀ ਗਿਆ ਦੱਸ ਫਿਰ ਕੀ ਰਾਲਾ ਹੋ ਗਿਆ ਬਾਕੀ ਜੇ ਪਿੱਛੇ ਬੈਠਾ ਇਹਨਾਂ ਨੂੰ ਤਾਂ ਸੂਤਰ ਕਹਾ ਇਹ ਸੂਤਰ ਕੌਣ ਹੋਵਾ ਜਿਹੜੇ ਉੱਥਾ ਬੀਰਾ ਜਿੱਤਰਾ ਦਰਵਾਨੋਂ ਆ ਪਿੱਛਾ ਖੜੇ ਜਿਹੜੇ ਫੈਲਾ ਫੁੱਲਾ ਚਕਾਣੇ ਵਾਲੇ ਫੜਾਣੇ ਵਾਲੇ ਜਾਂ ਜਿਹੜੇ ਗਨਮੈਨ ਹੋਮਾ ਬੰਦੂਖਾਂ ਲੈ ਕੇ ਆ ਗਾਇਰ ਖੜੇ ਹੋਮਾ ਪਿੱਛਾ ਇਹਨਾਂ ਨੂੰ ਸੂਤਰ ਸੂਤਰਾ ਮੈਂ ਜੋ ਆਸਕ ਆਸਗਾ ਮਤਲਬ ਗਰੰਟੀ ਨਹੀਂ ਕਹਿ ਸਕਦੀ ਉਹ ਸੂਤਰ ਹੋਵਾ ਸੂਤਰ ਤੋਂ ਮਤਲਬ ਕਹਿ ਲੋ ਬੀਰਾ ਮਤਲਬ ਹਲੋ ਪੇ ਰਹਾ ਸੂਤਰ ਨਹੀਂ ਲੱਭਦੇ ਕਿਸੇ ਨੂੰ ਬੀਰਾ ਜੋ ਕਹਿ ਲੋ ਪਾਰ ਉਥਾਈ ਵੀਰੇ ਜੋ ਕਹਲੋ ਵੀਰੇ ਜਿੱਥਾ ਈਵ ਕਹਰੇ ਕਹਾ ਵੀ ਯੋ ਉਥਾ ਛੋਕਰਾ ਬੈਠਿਆ ਗੈਲ ਛੋਕਰਾ ਬੈਠਿਆ ਗੈਲ ਹੈ ਵੀ ਇਹ ਪ੍ਰਕਾਸ਼ ਸਿੰਘ ਬਾਦਲ ਕੇ ਗੈਲ ਵੀ ਤੋਂ ਸੁਖਵੀਰ ਸਿੰਘ ਬਾਦਲ ਕਦੇ ਬੈਠਿਆ ਹੀ ਤਾਂ ਹੈ ਅੱਜ ਜੇ ਈਵ ਯੋ ਚੰਨੀ ਕਾਲੀ ਸੱਚ ਛੋਕਰਾ ਬਹਿ ਗਿਆ ਦੱਸ ਫੇਰ ਫੇਰ ਹੋ ਵੀ ਕਿਹਾ ਗਿਆ ਹੈ ਔਰ ਯੋ ਪਿੱਛਾ ਕਰੈਲੀ ਜੀ ਕਰੀ ਦੀ ਜਦ ਵੀ ਤੋਂ ਥੰ ਮ ਆਪਣੇ ਛੋਕਰੇ ਨੂੰ ਗੈਲ ਲਈ ਕਾਇ ਸੁਖਵੀਰ ਬਾਦਲ ਛੋਕਰੇ ਲਈ ਫਿਰ ਰਿਆ ਲਗਾਇਲ ਉਹ ਤਾਂ ਆਪਣੇ ਦਿੱਲੀ ਗਏ ਤੇ ਕਿੱਥਾ ਆਇਓ ਕਿ ਉਹਨਾਂ ਕਰਿਆ ਦਾ ਪੂਰਾ ਪ੍ਰੋਗਰਾਮ ਜਾ ਵੀ ਥਾਂ ਵੀ ਤੋਂ ਆਪਣੇ ਛੋਕਰੇ ਨੇ ਲੈ ਗਾ ਦੇ ਵੀ ਛੋਕਰੇ ਨੇ ਲੈਣੇ ਆਲਾ ਖਾ ਵੀ ਉਹ ਯੋ ਕਾ ਟ੍ਰੈਂਡ ਥਾਰੇ ਭਾਈ ਹੋਰ ਬੰਦਾ ਕੋ ਲੈ ਆ ਨਹੀਂ ਸਕਦਾ ਇਹ ਮੁੱਖ ਮੰਤਰੀ ਦਾ ਅਗਲਾ ਛੋਕਰਾ ਆ ਗਾਇ ਇਸ ਨੇ ਵੀ ਤਾਂ ਸਿਆਸਤ ਸਿੱਖ ਲਈ ਕਾਲੂ ਜੋ ਵੀ ਤਾਂ ਕੋ ਕਮੇਟੀ ਕਮੇਟੀ ਦੇ ਵੋਟਾਂ 'ਚ ਖੜੇਗਾ ਵੀ ਰੱਗਾ ਹੈ ਮੈਂ ਤਾਂ ਯੋ ਕਾ ਵੀ ਕਾਦੀ ਦਾ ਲੜਿਆ ਨੂੰ ਬਈ ਕੋ ਚੰਗੇ ਮੁੱਦੇ ਆ ਵਾ ਯੋ ਕਾਂਗਰਸ ਨੂੰ ਘੇਰਨਾ ਬਣਾ ਦੱਸ ਕਿ ਆ ਫੋਟੋਆਂ ਲੱਬ ਲੱਬ ਕੋ ਮੁੱਦਾ ਹੈ ਨਹੀਂ ਫੇਰ ਉਹ ਯੋ ਬਾਤਾਂ ਬਣਾਉਣੇ ਵਾਲੀ ਬਾਤ ਹੋ ਜਾ ਤਾਰੇ ਵੀ ਤਾਂ ਤੀਸਰੀ ਲਹਿਰ ਚੱਲ ਰਹੀ ਪਹਿਲਾ ਬਾਪੂ ਬਾਦਲ ਫਿਰ ਸੁਖਵੀਰ ਬਾਦਲ ਇਹ ਸੁਖਵੀਰ ਬਾਦਲ ਦਾ ਛੋਕਰਾ ਹੈ ਉਸकी ਫੋਟ ਨੂੰ ਕਰ ਦੇ ਨਹੀਂ ਕਿਸੇ ਨੇ ਯੂ ਅੰਡਰਲੈਂਡ ਰਾਕਰ ਕਾ ਛੱਡਿਆ ਯੋ ਦੱਸ ਯੂ ਮਿੰਟ ਚਲੋ ਘਰ ਉਧਰ ਰਾਜੇ ਦੀ ਬਾਤ ਸੁਣਾਵਾ ਤੁਹਾਨੂੰ ਰਾਜਾ ਕਹਿ ਰਿਹਾ ਕਾ ਵੀਰ ਮੈਂ ਕਾਂਗਰਸ ਨੂੰ ਅਲਵਿਦਾ ਕਹਿ ਕਾ ਕਹੇ ਪੰਜਾਬ ਵਿਕਾਸ ਪਾਰਟੀ ਬਣਾਣੀ ਪੰਜਾਬ ਕੇ ਵਿਕਾਸ ਕੀ ਪਾਰਟੀ ਤਿਆਰ ਕਰਾਂਗਾ ਮਤਲਬ ਯੋ ਕਹ ਲੋ ਵੀ ਪਾਰਟੀ ਬਣਾਣੇ ਦਾ ਮਤਲਬ ਹੀ ਯੋ ਲੋਕ ਤਾਂ ਕਰੇਗਾ ਭਾਜੀਪੀ ਮੈਂ ਜਾਵੇਗਾ ਪਰ ਪਾਰਟੀ ਬਣਾਣੇ ਦਾ ਮਤਲਬ ਯੋ ਹੋਵਾ ਵੀ ਆਪਣੀ ਮжоਰਿਟੀ ਦਿਖਾਣੀ ਪਵਾ ਜਿੱਤਰਾ ਯੋ ਬਾਪੂ ਗੁਰਦਾਸ ਬਾਦਲ ਦਾ ਛੋਗਰਾ ਮਨਪ੍ਰੀਤ ਬਾਦਲ ਇਸਨੇ ਪਤੰਗ ਤਿਆਰ ਕਰਿਆ ਦਾਰ ਪਤੰਗ ਨੂੰ ਚੜਾਣ ਖਾਤਰ ਯੋ ਗੁੱਲਾ ਦੇਣ ਗਿਆ ਅੱਗਾ ਯੋ ਝੰਡਾ ਆ ਰੀਸ ਨਾਲ ਟੁਣਕੇ ਮਾਰ ਕ ਮਾੜੀ ਮਾੜੀ ਕਰ ਖਚੜਾ ਲੀ ਜਾਦੀ ਯੋ ਚੜ ਗਈ ਮਾੜੀ ਜੀ ਹਰ ਗੈਲ ਕੀ ਗੱਲ ਯੋ ਉਥਾ ਸੋਨੀਆ ਗਾਂਧੀ ਦਾ ਚੋਅ ਕਰਾਈ ਜਾਂਦੇ ਕਪਤਾਨ ਗੋਤੇਖਾਰੀ ਜਦੇ ਭੱਜ ਗਾ ਕਾ ਫੜ ਲਈ ਸਨੇ ਹੈ ਆਰੇ ਮਤਲਬ ਯੋ ਕਹਿ ਲੋ ਵੀ ਪੀਪੀ ਵਾਲਾ ਨਾ ਪਾਰਟੀ ਬਣਾ ਕਾ ਇਹ ਚੰਗੀਆਂ ਕੁਰਸੀਆਂ ਮਿਲ ਗਿਆ ਅਗਲਾ ਦੇਖ ਲੈ ਖਜ਼ਾਨੇ ਬੈਠਿਆ ਚਾਹੇ ਖਾਦੀ ਚਾਹੇ ਭਰੇ ਅਗਲਾ ਖਜ਼ਾਨਾ ਮੰਤਰੀ ਤੋਂ ਵੱਜ ਰਿਆ ਨਾ ਆਰਾ ਸਿੱਧਾ ਪਾਰਟੀ ਮਾਂ ਜਾਵੇਂਗੇ ਫਿਰ ਕੈਬਨਟ ਕੀ ਯੋ ਕਾਮੰਤਰੀ ਕੀ ਕੁਰਸੀ ਆਪਣੇ ਇਹੋ ਜਿਹੜੇ ਬੈਠੇ ਪਹਿਲਾ ਬੰਦੇ ਅਗਲੇ ਬਰਾਬਰ ਥੋੜੀ ਖੜਨਦੇ ਆਂਗਲਾ ਜੋ ਤੋਂ ਬਾਹਰ ਤੇ ਆਇਆ ਇਹ ਬਿਖ ਲਿਓ ਪੀਰਮਲ ਹੋ ਗਿਆ ਕਮਾਲੂ ਇਹਨਾਂ ਨੂੰ ਅਗਲੇ ਉੱਥਾ ਦੇਖ ਲਿਓ ਇਹ ਨਾਗਰੇ ਨੇ ਅਗਲੇ ਨਾ ਉੱਥਾ ਕੁਰਸੀ ਬਾਣੀ ਬੈਣਦੇ ਆਂਗਲਾ ਕਹਿੰਦਾ ਚੱਲ ਵੀਰ ਸਾਈਡ ਮਾ ਹੋ ਜੋ ਕੁਰਸੀ ਵਾ ਕੀਤਾ ਬੈਠ ਰਿਹਾ ਤਾਂ ਹੈ ਆਰ ਜੇ ਪੀਰਮਲ ਕਮਾਲੂ ਆਪਣੀ ਪਾਰਟੀ ਬਣਾਗਾ ਜਾਂਦੇ ਫੇਰ ਅਗਲੇ ਪਿਆਰ ਗੱਲ ਬਿਠਾਉਂਦੇ ਵੀਰੂ ਰਾ ਬੈ ਜਾ ਗੈਲ ਨੂੰ ਕਾ ਇਹ ਵਾ ਇਹ ਹੱਥੀ ਵਾਲਿਆਂ ਨੂੰ ਬਿਠਾ ਰਹੇ ਨਾ ਅਗਲੇ ਗੈਲ ਆਪਣੇ ਕਾਦੀਦਲ ਵਾਲੇ ਯੋ ਵਾ ਫਾਇਦਾ ਪਾਰਟੀ ਬਣਾਣੇਗਾ ਯੋ ਸਿਆਸਤੋ ਵਾ ਵੀਰਾ ਯੋ ਖਾਬਰਾ ਪੜ ਪੜ ਕੇ ਤਾਂ ਮੈਂ ਵੀ ਸਿਆਸਤ ਸਿੱਖ ਗਿਆ ਯੋ ਕਹਿ ਲੋ ਵੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ માં ਸਿੱਧੂ ਕੇ ਗੈਲ ਬੈਠਣੇ ਦੀ ਕੋਸ਼ਿਸ਼ ਕਰ ਰਹੇ ਔਰ ਯੋ ਕੱਲ ਵੀ ਦੇਖ ਲਓ ਵੀ ਆਮ ਆਦਮੀ ਪਾਰਟੀ ਨੇ ਕੁਰਸੀ ਖਿੱਚਦੀ ਫਿਰ ਯੋ ਕਲਜੀਤ ਨਾ ਕਰ ਰਹੇ ਖਿੱਚ ਕਾ ਪਿੱਛਾ ਕਰ ਲਈ ਨਾ ਕੁਰਸੀ ਯੋ ਵਾ ਫਾਇਦਾ ਰਾਜਾ ਬਿ ਡਾਇਰੈਕਟ ਵੀ ਜਾ ਕੇ ਮਿਲ ਸਕਾ ਪਰ ਤਾਂ ਹੀ ਨਹੀਂ ਮਿਲਿਆ ਫਿਰ ਬਾਕੀ ਉਹ ਵਿਕਾਸ ਕਰੇ ਰਹਿਣ ਦਿਓ ਕੈਪਟਨ ਸਾਹਿਬ ਪਹਿਲਾਂ ਵੀ ਥਾਣਾ ਤੋਂ 95% ਕੰਮ ਕਰੇ ਦੇ ਆ ਵਿਕਾਸ ਹੀ ਬਰਹਿ ਵੀ ਕਿਹੜਾ ਗਿਆ ਹੈ ਥਾਰੇ ਅੱਗਾ ਹੱਥ ਬੰਨੇ ਬਸ ਰਹਿਣ ਦਿਓ ਇਤਨਾ ਵਿਕਾਸ ਕਿਆ ਕਰਨਗੇ ਇਤਨਾ ਵਿਕਾਸ ਕਿੱਥਾ ਸਾਮਾ ਰੱਖਣਗੇ ਫਿਰ ਪੰਜਾਬ ਵਿਕਾਸ ਪਾਰਟੀ ਉਹ ਕਹ ਲੋ ਵੀ ਇਹਨਾਂ ਨੂੰ ਪਤਾ ਵਿਕਸ 17 MB ਲੈ ਇਨਕੇ ਤਾਂ ਜਿੱਤੇ ਪੱਕੀ ਵੀਰ ਗਰੰਟੀ ਨਾਲ ਜਿੱਤ ਜਾਂਗੇ 4.5 ਸਾਲ ਵਿਕਾਸ ਕਰਿਆ ਅਗਲੇ ਨੇ ਇਹ ਵੀ ਰਾਜਾ ਸਾਢੇ 4 ਸਾਲ ਵਿਕਾਸ ਦਾ ਇਸ ਵਿਕਾਸ ਨੂੰ ਬਣਾਵੇਗਾ ਰੋਲ ਮਾਡਲ ਪੰਜਾਬ ਦੇ ਵਿਚমা ਪੰਜਾਬ ਵਿਕਾਸ ਪਾਰਟੀ ਇਸ ਦਾ ਇਹ ਬੜਾ ਆਧਾਰ ਬਣ ਜਾਏਗੀ ਅਗਲੇ ਕਹਾਂਗੇ ਦੇਖੋ ਸਾਢੇ 4 ਸਾਲ ਬਾਅਦ ਨਾ ਕਿਤਨਾ ਵਿਕਾਸ ਕਰਿਆ আর ਵੀਰਾ ਬਾਕੀ ਉਹ વા ਦੀ ਪੱਕੀ ਵੀ ਰਾਜਾ ਜਦ ਮੁੱਖ ਮੰਤਰੀ ਆ ਜੱਤੋ ਇਸ ਨਾਲ ਕੋਈ ਸਵਾਰਿਆ ਨਹੀਂ ਇਹ ਆਪਣੀ ਪਾਰਟੀ ਬਣਾ ਕੇ ਕਿਆ ਸਵਾਰ ਲੇਗਾ ਪੰਜਾਬ ਕੇ ਲੋਕਾਂ ਦਾ ਇਹ ਵੀ ਬਾਤ ਜੇ ਇਹੋ ਕੁਝ ਪੰਜਾਬ ਦਾ ਵਿਕਾਸ ਕੀ ਕਾ ਬਾਤ ਕਰ ਰਹੇ ਇਹੋ ਕਾਂਗਰਸ ਇਹੋ ਕਾ ਕੈਪਟਨ ਦੇ ਵਿਰੁੱਧ ਨਾ ਘੜਦੀ ਇਹ ਕੈਪਟਨ ਨੂੰ ਤਾਂ ਅਗਲੇ ਨੇ ਮੱਖਣ ਮਾ ਤੇ ਬਾਲ ਅੰਗੂ ਕੱਢ ਕੇ ਬਾਹਰ ਰੱਖ ਤਿਆ ਹੈ ਬਾਕੀ ਇਹੋ ਕਹਿ ਲਓ ਸਖਦੇਵ ਢੀਂਡ ਸਾਹਿਬ ਬ੍ਰਾਹਮਪੁਰਾ ਹੈ ਆਰ ਇਹੋ 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 ਕੈਪਟਨ ਅਮਰਿੰਦਰ ਇਹੋ ਤਾਂ ਸਾਰੇ ਵਿੱਚ ਚੱਲੇ ਫਿਰ ਟਾਈਮ ਹੋਵਾ ਰੇ ਇੱਕ ਚੀਜ਼ ਦਾ ਇਹ ਵੜਵਾਨੀ ਦੇਖ ਲਿਓ ਅਗਲੇ ਦੇ ਪੈਰ ਨਹੀਂ ਲਗੇ ਲਗੇ ਪੈਰ ਯੋ ਹੋਵਾ ਤਾਂ ਹੀ ਘਰਿਆ ਹਰ ਵੀਰ ਸਰਕਾਰੀ ਨੌਕਰੀਆਂ ਕੀ ਇਹਨਾਂ ਨੇ ਉਮਰ ਫਿਕਸ ਕਰੀ ਮਨ ਤੋਂ ਇੱਕ ਪੰਜਾਬ ਕੇ ਨਾ ਇਹ ਦੇਸ਼ ਕੇ ਸੰਵਿਧਾਨ ਕੀ ਸਮਝਮਾ ਕਾਟਾਵਾ ਮੇਰੀ ਬਾਤ ਹੈ ਭਾਈ ਸਰਕਾਰੀ ਨੌਕਰੀਆਂ ਕੀ ਇਹਨਾਂ ਨੇ ਉਮਰ ਕੀ ਹਦੂਦ ਵੱਦੀ ਕਰੀ ਵੀ ਈਸ਼ੂ ਕੁਮਾਰ ਤੋਂ ਜ਼ਿਆਦਾ ਬੰਦਾ ਕੋਈ ਅੱਗਾ ਨਹੀਂ ਜਾ ਸਕਦਾ ਇਹ ਨੌਕਰੀ ਨਹੀਂ ਕਰ ਸਕਦਾ ਇਹ ਅਪਲਾਈ ਨਹੀਂ ਕਰ ਸਕਦਾ ਪਰ ਮੰਤਰੀ ਬਣਨ ਵਾਸਤਾ ਕਿਸੇ ਉਮਰ ਦਾ ਕੋਈ ਤਕਾਜ਼ਾ ਨਹੀਂ ਚਾਹੇ ਬੂੜਾ ਚਾਹੇ ਨਿਆਣਾ ਚਾਹੇ ਛੋਕਰਾ ਜਿਹੜੇ ਮਰਜੀ ਉਮਰ ਹੋਵੇ ਬਿਰ ਸਿਆਸਤ ਮਾਂ ਆ ਸਕਾ ਹੈ ਕੋਈ ਸੇਵਾ ਕਰੇ ਚਾਹੇ ਨਾ ਕਰੇ ਪੰਜ ਪੰਜ ਪੈਨਸ਼ਨਾਂ ਯਾ ਰਪੈਲਟ ਗੱਡੀਆਂ ਔਰ ਗਨਮੈਨ ਮਿਲ ਰਹੇ ਨਜ਼ਾਰੇ ਲੁੱਟ ਰਹੇ ਅਗਲੇ ਸਾਢੇ 4 ਸਾਲ 5 ਸਾਲ ਅਗਲੇ ਨੇ ਕੀ ਕਰਿਆ ਇਹ ਨਜ਼ਾਰੇ ਤਾਂ ਲੁੱਟੇ ਰਹੇ ਗਨਮੈਨ ਤਾਂ ਮਿਲੇ ਵੇ 5 ਸਾਲ ਲੀਨਾਂ ਨੂੰ 10 ਰਾਜਾ ਸਾਹਿਬ ਨੂੰ 5 ਸਾਲ ਪਤਾ ਲਗਿਆ ਪੰਜਾਬ ਹੈ ਕਿੱਥੇ ਨਿਕਲ ਕੇ ਦੇਖਿਆ ਸਾਢੇ 4 ਸਾਲ ਬਾਅਦ ਇਹੋ ਗਲੀਆਂ માં ਆਉ ਤਾ ਸਹੀ ਪਤਾ ਲੱਗੇ ਲੋਕਾਂ ਨੂੰ ਵੀ ਕੰਮ ਕਿਆ ਹੋਏ ਕਿਆ ਨਹੀਂ ਆਰ ਉਦਰ ਮਾਰ ਕੇ ਪੰਜਾਬ ਕੇ ਉਹ ਕਹਿ ਲੋ ਬੇਰਾ ਕਿਸਮਤ ਏ ਠੰਡੀ ਬਹੁਤ ਪਹਿਲਾ ਬਾਪੂ ਪ੍ਰਕਾਸ਼ ਬਾਦਲ ਦਾ ਛੋਕਰਾ ਕਹਿ ਰਿਹਾ ਤਾਂ ਕਿ ਆ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਗੇ ਕੈਲੀਫੋਰਨੀਆ ਬਣਾ ਦੇਗੇ ਯੋ ਪੰਜਾਬ ਕੇ ਲੋਕ 10 ਸਾਲ ਕੈਲੀਫੋਰਨੀਆ ਗਿਆ ਫੀਲਿੰਗਾ ਲੰਦੇ ਰਹੇ ਲੋਕਾਂ ਨੇ ਤਾਂ ਵੀਜੇ ਲਵਾਣੇ ਬੰਦ ਕਰਤੇ ਕਾ ਪੰਜਾਬ ਐ ਕੈਲੀਫੋਰਨੀਆ ਬਣ ਜਾਣਾ ਫੇ ਬਾ ਨਾ ਉਥਾ ਜਾ ਕੇ ਬਰਾਕੋ ਬਾਮੇ ਕੇ ਕੈਲੀਫੋਰਨੀਆ ਮੰ ਕੀਆ ਕਰਨਾ ਵੀਜੇ ਲਵਾਣੇ ਹਟ ਗਏ ਲੋਕ ਕਾ ਵੀ ਬਾਦਲ ਨੇ ਦੂਰਾ ਹੀ ਬਣਾ ਦੇਣਾ ਕੈਲੀਫੋਰਨੀਆ ਅਰ ਯੋ ਕਹ ਲੋ ਵੀਰ ਯੋ ਬਾਦ ਪੱਕੀ ਵੀ ਕਾਂਗਰਸ ਕੇ ਜਿੰਨੇ ਮਰਜੀ ਟੁਕੜੇ ਕਰ ਦਿਓ ਦੂਸਰੀ ਪਾਰਟੀਆਂ ਨੂੰ ਫਾਇਦਾ ਆਵੇ ਰਾਜ ਨੇ ਤੋੜ ਲੈਣੀ ਹੈ ਵੀਰ ਵੋਟਾਂ ਇਸ ਦਾ ਫਾਇਦਾ ਕਿਸ ਨੂੰ ਖਾ ਲਿਆ ਨੂੰ ਚਾੜੂ ਵਾਲਿਆਂ ਆ ਆ ਰਿਹਾ ਇਹ ਕਾਂਗਰਸ ਕੀ ਜੇ 100 ਵੋਟ ਇਹ ਜੇ 50 ਵੋਟਾਂ ਰਾਜਾਪਨ ਨਗਾ ਗੇਰ ਗਿਆ 50 ਕਾਲੀ ਇਹ ਕਾਂਗਰਸ ਕੀ ਆ 50 ਵੋਟਾਂ ਇਹ ਕੈਲੋਬੀ ਕਾਂਗਰਸ ਵਾਲਿਆਂ ਗਿਆ 50 ਇਹ ਕੈਪਟਨ ਗਿਆ ਆ ਜਿੱਤ ਕਿਸ ਕੀ ਹੋਵੇਗੀ ਜਾਂ ਕਾਲਿਆਂ ਕੀ ਹੋ ਜੇਗੀ ਜਾਂ ਫਿਰ ਚਾੜੂ ਵਾਲਿਆਂ ਕੀ ਯੋ ਹੀ ਹੋਵੇਗਾ ਹੋਰ ਕੀ ਹੋਵੇਗਾ ਚਲੋ ਖੜੇ ਆਹ ਉੱਧਰ ਦਾ ਸਿੱਧੂ ਗੇ ਲੜਕੇ ਨੇ ਕਹ ਦੋ ਕਰੋੜ ਕੀ ਗੱਡੀ ਲਈਗਾ ਦੱਸ ਯੋ ਮਜੀਠਿਆ ਕਹਿ ਰਹਾ ਮਨ ਤੋਂ ਸਮਝ ਬਾਨੀ ਆ ਦਿਓ ਮਾਰੇ ਪੰਜਾਬ ਕੀ ਸਿਆਸਤ ਨੂੰ ਹੋ ਗਿਆ ਰਹਾ ਹੈ ਥੰਮ ਕਰੇ ਗੱਡੀ ਲੈ ਲਈ ਦੋ ਕਰੋੜ ਕੀ ਥਾਨ ਨੇ ਵੀ ਤਾਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਤਿਆ ਪਾਣੀ ਵਾਲੇ ਕੜੁੱਕੇ ਲਿਆ ਕੇ ਖੜੇ ਕਰਤੇ ਕਹਾ ਬੱਸਾਂ ਚੜਾ ਲਈਆਂ ਪਾਣੀ ਵਾਲੀਆਂ ਜੋ ਕਰ ਦੇਗੇ ਹਾਇ ਚਲਾਈ ਕੋਈ ਬੱਸ ਲੱਜੀ ਨਹੀਂ ਕੋਈ ਬੱਸ ਮੇਰੀ ਤੱਕ ਕੁਸ ਲੱਜਿਆ ਨਾ ਆਹ ਛਿੱਦੂ ਸ਼ਾਹਬ ਇਹ ਛਿੱਦੂ ਸ਼ਾਹਬ ਦਾ ਮੁੰਡਾ ਆਇਆ ਵੀ ਗੱਡੀ ਲੈ ਕੇ ਆ ਗਿਆ ਛਿੱਦੂ ਸ਼ਾਹਬ ਹਰ ਪਾਸੇ ਲੁੱਟ ਹੋ ਰਹੀ ਵੀਰ ਪੰਜਾਬ ਦੇ ਵਿਚ ਮਾਇਓ ਸੂਬੇ ਦਾ ਬਣ ਕੇ ਆ ਗਿਆ ਦੇਖ ਲਿਓ ਆ ਰਿਹਾ ਤਾਂ ਮੈਂ ਤਾਂ ਧੰਨ ਬਾਤ ਕਰਾਂ ਯੋ ਮਜੀਠਿਆ ਸਾਹਿਬ ਕਹਿ ਵੀਰ ਯੋ ਇਸਨਾਂ ਦੋ ਕਰੋੜ ਕੀ ਗੱਡੀ ਲੈ ਲਈ ਮੈਂ ਤਾਂ ਖੁਸ਼ੀ ਹੋ ਬਾਈ ਇਤਰਾਹ ਕੇ ਲੀਡਰ ਜਾਦ ਦੂਸਰੇ ਲੀਡਰਾਂ ਗੇ ਬਾਤਾਂ ਦੱਸਾਂ ਮੈਨੂੰ ਕੀ ਪਤਾ ਵੀ 2 ਕਰੋੜ ਕੀ ਗੱਡੀ ਕਿਹੜੀ ਮੈਂ ਤਾਂ ਕੱਲ ਦੇਖਿਆ ਨੈੱਟ 'ਪਾ ਜਾ ਕੇ ਵੀ 2 ਕਰੋੜ ਗੱਡੀ ਆਇਆ ਕਿਹੜੀ ਇਸ ਤਰ੍ਹਾਂ ਦੇ ਲੀਡਰ ਹੋਣੇ ਚਾਹੀਦੇ ਜਿਹੜੇ ਦੱਸਾਂ ਵੀ ਕਿਸ ਨੇ ਕੀ ਲਿਆ ਇਸੇ ਕਾ ਲੋਕਾਂ ਕੇ ਵਿੱਚ ਅਵੇਅਰਨੈਸ ਆਵਾ ਲੋਕਾਂ ਨੂੰ ਪਤਾ ਲੱਗ ਜਾ ਵੀ ਕਿਹੜੇ ਬੰਦੇ ਨੇ ਕਿਹੜੀ ਗੱਡੀ ਖਰੀਦੀ ਹਾਰਾ ਇਹ ਸਿੱਧੂ ਕਹੇ ਉਸਕੇ ਸਪੋਰਟਰ ਕਹ ਰਹੇ ਕਾ ਇਸਕੇ ਇਸਕੇ ਪਾ ਪੈਨੇਗਾ ক্রিকেট ਖੇਲੀ ਇਤਨੀ ਫੇਰ ক্রিকেট ਖੇਲ ਕਾ ਕਹਿ ਲੈਫਟਰ ਚੈਨਲ ਮਜਾਕ ਆਇਆ ਕਾ ਹਉਥਾ है ये मेहनत करेगा राजनीति के बच्चे जाकर लेगा हरी क्वालसले फिर रहेगा हा यो बात हो रही फिर पंजाब के कल मुख्यमंत्री चनी प्रधानमंत्री मोदी ने मिलकर आया पहली बार यार कह रही किसान का मसला करतारपुर कोडोर हर कोडीडोर आर झोने खि का मुद्दा चक्या ਪਰ ਹੈਰਾਨੀ ਦੀ ਬਾਤ ਇਹ ਉਹ ਵੀ 6-6 ਫੁੱਟ ਦੂਰ ਬੈਠੇ ਮਾਸਕ ਲਾ ਕਾ ਅਰ ਜਦ ਇਹ ਆਪਸ ਮਾ ਹੱਥ ਮਲਾਣਾ ਤਾਂ ਇਹ ਮਾਸਕ ਤਾਰ ਕਾ ਫੋਟੋ ਤਰਾਰੇ ਦਾ ਸਹੀ ਇਹ ਕੋਈ ਬਾਤ ਬਣਾ ਯਾਰ ਜਦ ਦੋ ਗਜ ਦੀ ਦੂਰੀ ਤੇ ਮਾਸਕ ਲਾ ਕਾ ਬੈਠੇ ਦੇ ਬੇਰ ਮਾਸਕ ਤਾਰੇ ਕਿਉਂ ਤਾਂ ਕਰੋਨਾ ਸਦਮੇ ਮਾ ਆ ਗਿਆ ਵੀ ਮੈਨੂੰ ਸਮਝ ਮਾ ਨਹੀਂ ਆ ਰਹੀ ਵੀ ਨੇੜੇ ਵਾਲਾ ਨੇੜੇ ਵਾਲਾ ਆਪਾਂ ਬਾਹਰ ਕਰਨਾ ਕਿ ਦੂਰ ਵਾਲਾ ਆਪਾਂ ਕਰਨਾ ਕਰੋਨਾ ਖੁਦ ਵਿਚਾਰਾ ਹੈਰਾਨ ਹੋ ਰਿਹਾ ਇਹ ਮਾਰਾਈ ਕੋ ਛੋਗਰਾ ਦੋਸਤ ਹੋਏ ਕਰਤਾ ਅਰੇ ਬਾਹ ਛੋਟਾ ਹੁੰਦਾ ਨਾ ਆਪਣੇ ਪਾਪੇ ਨੂੰ ਕਿਆ ਕਰਤਾ ਕਾ ਪਾਪੇ ਬਾਜਾ ਲੈਣਾ ਬਾਜਾ ਲੈਣਾ ਉਸ ਨੂੰ ਲੈ ਕੇ ਨਹੀਂ ਦਿੱਸਕੇ ਪਾਪੇ ਨੇ ਬਾਜਾ ਫਿਰ ਬਸ ਕੇ ਵਿਚਵਾ ਡਰਾਈਵਰ ਲੱਗ ਗਿਆ ਵੀਰੇ ਬਹੋਰ ਨ ਮਾਰ ਮਾਰ ਕਰਨਾ ਸਵਾਰੀਆਂ ਬੋਲੀਆਂ ਕਰ ਕਰ ਖਾ ਯੋ ਕੰਮ ਹੋ ਰਿਹਾ ਚਲੋ ਘਰ ਆਰ ਉਧਰ ਰਾਜੇ ਬੜਿੰਗਰੇ ਵੀ ਗਾ ਪਾਇਆ ਪਿਆ ਪੰਜਾਬ ਮਾ ਵੀਰ ਜੀ ਸੇ ਜਿਹੜੀ ਬਾਤ ਸਮਾਂ 딜 ਕਰਾ ਉੱਥੇ ਹੀ ਚੜ ਜਾ ਵੀਰ ਟਰਾਂਸਪੋਰਟ ਮੰਤਰੀ ਰਾਜਾ ਬੜਿੰਗੀ ਢਵਾਹੇ ਵਾਲਾ ਇਹ ਸਰਕਾਰੀ ਬੱਸਾਂ ਮਾਣਾ ਇਹ ਸਫਰ ਕਰ ਰਿਹਾ ਭਲਿਆਣੇ ਤੇ ਭਲਾਈ ਆਣੇ ਤੇ ਬਠਿੰਡੇ ਵਾਲੀ ਬੱਸ ਮਾ ਚੜ ਗਿਆ ਕਾਲੂ ਥਾ ਜਨਾਨੀਆਂ ਨੂੰ ਪੁੱਛ ਰਿਹਾ ਕਬ ਕੀ ਤਰ੍ਹਾਂ ਥਾਵਾਂ ਤੰਗ ਪ੍ਰੇਸ਼ਾਨ ਹੋ ਰਹੇ ਦੱਸੋ ਬੰਨੂ ਪਰ ਮੈਂ ਤਾਂ ਇਹੋ ਕਰਾ ਵੀ ਕੱਲਾ ਬੱਸ ਮਾ ਚੜਨੇ ਕੋਈ ਫਾਇਦਾ ਨਹੀਂ ਮਾਤਰੀ ਸਾਹਿਬ ਪ੍ਰਾਈਵੇਟ ਬੱਸਾਂ ਬੰਦ ਕਰੋ ਜਿਹੜੀਆਂ ਨਜਾਇਜ਼ ਚੱਲ ਰਹੀਆਂ ਸਾਰੀਆਂ ਦਾ ਬੰਦ ਕਰੋ ਜਿਹੜੀਆਂ ਨਜਾਇਜ਼ ਚੱਲਾਂ ਸਰਕਾਰੀ ਬੱਸਾਂ ਚ ਲਾਓ ਤਣਾਟ ਜਿਹੜੇ ਉਹ ਬੜੇ ਬੜੇ ਲੀਡਰ ਜੀ ਨਾ ਕਿ ਬੱਸਾਂ ਇਹਨਾਂ ਨੂੰ ਬੰਦ ਕਰੋ ਇਹਨਾਂ ਦੇ ਘਰਾਂ ਇਹਨਾਂ ਦੇ ਖਜ਼ਾਨੇ ਭਰ ਰਹੇ ਸਰਕਾਰ ਦਾ ਖਜ਼ਾਨਾ ਭਰੋ ਮੰਤਰੀ ਦੋ ਮਿੰਟਾਂ ਕਹਿਆ ਖਜ਼ਾਨਾ ਖਾਲੀ ਹੋ ਬਾਪੂ ਗੁਰਦਾਸਵਾਲਾ ਦਾ ਛੋਕੜ ਜਿਹੜੇ ਕਹਿੰਦੇ ਹੈ ਨਹੀਂ ਪੈਸੇ ਮਨਪ੍ਰੀਤ ਬਾਦਲ ਵੀ 2017 માં ਸਰਕਾਰ ਬਣਨਸਾਰ ਇੱਕ ਟ੍ਰੈਫਿਕ ਪੁਲ ਸਾਲ ਰਿਸਮਤ ਲੰਦੇ ਫਾੜ ਲਿਆ ਦਾ ਹੀਰੋ ਬਣ ਕੇ ਗੈਲ ਕੀ ਗੱਲ ਉੱਤਰੇ ਹੀ ਬਰਾਜਾ ਬੜਿੰਗ ਵੀ ਕਰ ਰਿਆ ਜਿੱਥਾ 딜 ਕਰਾਂ ਉੱਥੇ ਹੀ ਬੱਸਾਂ ਚੜ ਜਾ ਕੱਲ ਲੋਕ ਕਹਰੇ ਕਿ ਆ ਏਸੀ ਮਾ ਵੜ ਗਿਆ ਏਸੀ ਮਾ ਵੜ ਗਿਆ ਫਿਰ ਆਰਡੀਨਰੀ ਬੱਸਾਂ ਮਾ ਵੜ ਗਿਆ ਕਹ ਲੈ 10 ਮੈਨੂੰ ਕਹ ਲੈ ਚੜਨਾ ਨਹੀਂ ਆਦਾ ਵੀਰ ਅਰ ਜਿਹੜੇ ਯੋ ਕਾਲੋ ਕੰਟਰੈਕਟਰ ਆਰ ਯੋ ਕਲੀਂਡਰ ਡਰਾਈਵਲ ਯੋ ਬਾਤ ਚਲਾ ਰਹੇ ਯੋ ਰਬੜਿੰਗ ਸਾਹਿਬ ਉਹਨਾਂ ਨੂੰ ਵੀ ਪੁੱਛਦੇ ਵੀ ਥਾਂਬੀਰ ਕਿਤਨੀ ਦੇਰ ਤੇ ਕੱਚੇ ਕਿਤਨੀ ਦੇਰ ਤੇ ਪੱਕੇ ਕਿਤਨੀ ਤਰਖਾ ਮੀ ਰਿ ਟੱਬਰ ਕਿਤਰਾ ਪਾੜ ਰਿਆ ਸਵਾਰੀਆਂ ਨੂੰ ਪੁੱਛੀ ਜਾ ਰਹੇ ਦੱਸ ਕੰਟਰੈਕਟਰ ਨੂੰ ਵੀ ਦੱਸੋ ਪੁੱਛੋ ਜਾਗਾ ਬਾਕੀ ਕੰਟਰੈਕਟਰ ਨੂੰ ਮੈਂ ਤਾਂ ਯੋਹੀ ਗਾਂ ਵੀਰ ਪੈਸੇ ਲੈ ਰਹੇ ਹੋ ਟਿਕਟਕੇ ਚਲੋ ਸਰਕਾਰੀ ਜੇ ਬੇਸ਼ੱਕ ਮੰਤਰੀ ਵੀਰ ਬਟ ਟਿਕਟ ਤੋਂ ਬਣਾ ਇਹਵਾ ਜਿੱਤਰਾ ਗੱਲ ਚੰਨੀ ਸਾਹਿਬ ਗਏ ਦਿੱਲੀ ਹੈਲੀਕਾਪਟਰ ਦੇ ਵਿੱਚ ਆਏ ਯੂ ਪ੍ਰਾਈ ਉਹ ਜਿਹੜੇ ਹੁਮਾ ਲੋਕਾਂ ਵਾਲੇ ਜਹਾਜ਼ ਹੁਮਾ ਜਿਹੜੇ ਇਹ ਸਿੰਪਲ ਫਲੈਟ ਮਾ ਵੀ ਵਾਲੀਕਾਪਟਰ ਕਿਹੜਾ ਉੱਥਾ ਵੀ ਟ੍ਰੇਲੇ ਪਰ ਅੱਕਾ ਲੈ ਆਏ ਹੁਣ ਉਹਨੂੰ ਤਾਂ ਰੜਾ ਖਾਈ ਲੈ ਆਏ ਹੁਣੇ ਫਿਰ ਬਸ ਫੋਟੋ ਕਰਾਣੀ ਪਵਾ ਵੀਰ ਦੱਸਣਾ ਪਵਾ ਵੀ ਆਪਾਂ ਸਿੰਪਲ ਜਹਾਜ਼ ਮਾਂ ਵੀ ਆ ਸਕਾਂ ਇਤਰਾ ਹੀ ਹੋ ਰਿਹਾ ਵੀ ਰਿਬਾ ਇਹ ਵਾ ਇਹ ਕੈਲੋ ਵੀਰ ਇਹ ਵਾ ਕਨੈਕਟਰ ਨੂੰ ਤਾਂ ਜੋ ਪੈਸੇ ਬਣਾ ਲੈਣੇ ਟਿਕਟ ਨਹੀਂ ਕਿਤੇ ਦਰਜੀਆਂ ਵਾਲੀ ਨਾ ਹੋ ਜਾਏ ਕਿ ਲਿੰਡਰ ਗੈਲ ਕੱਲ YouTube 'ਪਾ ਵੀਡੀਓ ਪਾੰਦਾ ਫਿਰੇਗਾ ਬਾਕੀ ਉਹ ਮੋਦੀ ਕੀ ਤਰ੍ਹਾਂ ਨਾ ਇਹ ਕੈਮਰਾ ਗੈ ਲੈ ਲੈ ਕੇ ਰੱਖਾ ਨਾਲੇ ਰਾਜੇ ਬੜਿੰਕੇ ਬੰਦੇ ਕੈਮਰੇ ਕੁਮਰੇ ਨਾਲੇ ਲੈ ਕੇ ਚਲਾ ਇਸਕੇ ਹੈ 10 ਸਾਢੇ 4 ਸਾਲਿਆਂ ਨੇ ਕੁਝ ਨਹੀਂ ਕਰਿਆ ਇਬ ਬਲਡ ਕੀ ਬੈਸਟ ਟ੍ਰਾਂਸਪੋਰਟ ਰੋਡਵੇ ਸਿਸਟਮ ਬਣਾਉਣੇ ਨੂੰ ਤਿਆਰ ਪਰ ਤਿਆਰ ਹੋ ਰਿਹਾ ਦੱਸ ਆਰ ਓਵਰਲੋਡ ਸਵਾਰੀਆਂ ਬੱਸ ਦੇ ਵਿੱਚ ਮਾ ਚੜਾਣੀਆਂ ਕਾਨੂੰਨੀ ਜੁਰਮ ਆਰੂਰਾ ਮਾਰਾ ਟਰਾਂਸਪੋਰਟ ਮੰਤਰੀ ਪੈਪ ਨੂੰ ਲਟਕ ਰਿਹਾ ਉਥਾ ਓਵਰਲੋਡ ਸਵਾਰੀਆਂ ਵਾਲੀ ਬੱਸ 'ਮਾ ਚੜਿਆ ਮੰਤਰੀ ਦੱਸ ਖਾਲੀ ਬੱਸ 'ਮਾ ਚੜ ਗਿਆ ਫੇਰ ਕਾਹ ਖਾਲੀ ਬੱਸ 'ਮਾ ਕਿਸ ਕੀ ਗੱਲ ਸਾਰ ਲਈ ਪੀੜ ਵਾਲੀ ਬੱਸ 'ਮਾ ਚੜ ਗਿਆ ਫੇਰ ਕਹਰੇ ਜੋ ਓਵਰਲੋਡ ਬੱਸ 'ਮਾ ਚੜਦਾ ਮੰਤਰੀ ਵਿਚਾਰਾ ਕਿਆ ਕਰੇਬ ਹਰ ਪਹਿਲੇ ਦਿਨ ਕਹਰੇ ਬੱਸ 'ਮਾ ਸਵਾਰ ਜਾਂ ਕੱਟ ਇਹ ਬਕਾਰੇ ਦੀ ਫੋਟੋ ਸੈਸ਼ਨ ਕਰਾਉਣ ਵਾਸਤਾ ਭਰੀ ਵੀ ਬੱਸ ਮਾਂ ਚੜ ਗਿਆ। ਇਹੋ ਕੰਮ ਹੋ ਗਿਆ। ਚਲੋ ਘਰ ਲਾਡਾ ਡਿਸਟਰਨਲ ਪ੍ਰੋਗਰਾਮ ਦੇ ਵਿਚমা ਆ ਪਾ ਨੇ ਹਾਂ ਅੱਜ ਬ੍ਰੇਕ ਨਾ ਬ੍ਰੇਕ ਨਹੀਂ। ਇਹ ਵੀਰ ਇਜਾਜ਼ਤ ਕੱਲੂ ਸੀ ਟਾਈਮ ਫੇਰ ਥਾਰੇ ਨਾਲ ਕਰੇ ਗੱਲ ਬਾਤ। ਆਜ ਨਿਊਜ਼ ਵਾਲਾ YouTube ਚੈਨਲ ਥਾਰੇ ਬਾਪ ਰੋਜ਼ ਤਾਜ਼ੀਆਂ ਖਬਰਾਂ ਲੇਕਾ ਆ ਰਿਹਾ। ਚੈਨਲ ਨੂੰ ਕਰਦੇ ਸਬਸਕ੍ਰਾਈਬ। ਇਹ ਲਾਡੇ ਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।